ਜੋ ਅਮਰਿੰਦਰ ਸਿੰਘ ਨੇ ਕਮਲਨਾਥ ਨੂੰ ਕਲੀਨ ਚਿੱਟ ਦਿੱਤੀ ਆ ਔਰ ਉਸਨੇ ਕਿਹਾ ਕਿ 2010 ਦੇ ਵਿੱਚ ਕਮਲਨਾਥ ਦਾ ਨਾਮ ਪਹਿਲੀ ਵਾਰੀ ਆਇਆ। ਮੈਂ ਬੜੀ ਹੈਰਾਨੀ ਦੀ ਗੱਲ ਆ ਕਿ ਐਡੇ ਵੱਡੇ ਲੀਡਰ ਉਹ ਆਪਣਾ ਹੋਮਵਰਕ ਵੀ ਨਹੀਂ ਕਰਕੇ ਆਉਂਦੇ ਔਰ ਇੰਨੇ ਸੀਰੀਅਸ ਮਾਮਲੇ ਦੇ ਵਿੱਚ ਕਮਲਨਾਥ ਦਾ ਨਾਮ ਅਖਬਾਰਾਂ ਵਿੱਚ ਪਹਿਲੀ ਵਾਰੀ 2 ਨਵੰਬਰ 1984 ਨੂੰ ਆਇਆ ਕਿ ਰਕਾਬਗੰਜ ਸਾਹਿਬ ਦੇ ਜਿੱਥੇ ਕਿ ਗੁਰਦੁਆਰਾ ਸਾਹਿਬ ਨੂੰ ਜਲਾਇਆ ਦੋ ਸਿੱਖਾਂ ਨੂੰ ਜਲਾਇਆ ਉੱਥੇ ਮੌਬ ਨੂੰ ਲੀਡ ਕਰ ਰਿਹਾ ਸੀ। 3 ਨਵੰਬਰ 1984 ਨੂੰ ਫਿਰ ਇਹਦਾ ਨਾਮ ਸਟੇਟਸਮੈਨ ਅਖਬਾਰ 'ਚ ਆਇਆ। ਹੂ ਆਰ ਦਾ ਗਿਲਟੀ ਜਿਹੜੀ ਰਿਪੋਰਟ ਆਈ 1984 ਦੇ 3 ਹਫ਼ਤੇ ਉਹਦੇ 'ਚ ਇਹਦਾ ਨਾਮ ਆਇਆ। 1984 ਦੇ ਆਖਿਰ ਵਿੱਚ ਪੁਲਿਸ ਨੇ ਰਿਪੋਰਟ ਭੇਜੀ LG ਨੂੰ, ਉਹਦੇ 'ਚ ਵੀ ਲਿਖਿਆ ਕਿ ਕਮਲਨਾਥ ਉੱਥੇ ਮੌਜੂਦ ਸੀ। ਇਹ 1985 'ਚ ਮਿਸ਼ਰਾ ਕਮਿਸ਼ਨ ਦੇ ਅੱਗੇ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੰਜੇ ਸੂਰੀ ਉਹਨੇ ਐਫੀਡੈਵਿਟ ਦਿੱਤਾ ਕਿ ਕਮਲਨਾਥ ਉੱਥੇ ਮੌਬ ਦੇ ਵਿੱਚ ਮੌਜੂਦ ਸੀ, ਜਿਹੜੇ ਮੌਬ ਨੇ ਇਹ 2 ਸਿੱਖਾਂ ਨੂੰ ਜਲਾਇਆ, ਗੁਰਦੁਆਰੇ ਨੂੰ ਅੱਗ ਲਗਾਈ। ਉਸ ਤੋਂ ਮਗਰੋਂ 2000 ਦੇ ਵਿੱਚ ਸੰਨ 2000 'ਚ ਨਾਨਾਵਤੀ ਕਮਿਸ਼ਨ ਦੇ ਅੱਗੇ ਗਵਾਹਾਂ ਨੇ ਆ ਕੇ ਕਿਹਾ ਕਿ ਕਮਲਨਾਥ ਉੱਥੇ ਮੌਬ ਨੂੰ ਪੂਰਾ ਇਹਦੇ ਕੰਟਰੋਲ ਦੇ ਵਿੱਚ ਸੀ। ਕਾਨੂੰਨ ਇਹ ਕਹਿੰਦਾ ਕਿ ਜਦੋਂ ਵੀ ਕੋਈ ਵੀ ਬੰਦਾ ਇੱਕ ਅਨਲੋਫੁਲ ਅਸੈਂਬਲੀ ਦਾ ਹਿੱਸਾ ਹੋਵੇ ਤਾਂ ਉਹ ਬੰਦਾ ਜ਼ਿੰਮੇਵਾਰ ਆ। ਉਹ ਜੋ ਵੀ ਉਹ ਅਨਲੋਫੁਲ ਅਸੈਂਬਲੀ ਜੁਰਮ ਕਰੇਗੀ ਉਹ ਵੀ ਬੰਦਾ ਨਾਲ ਹੀ ਜ਼ਿੰਮੇਵਾਰ ਆ। ਸੈਕਸ਼ਨ 149 IPC ਦਾ ਦੇਖ ਲਓ। ਅਗਲੀ ਗੱਲ, ਕਮਲਨਾਥ ਨੇ ਖੁਦ ਇਹ ਐਫੀਡੈਵਿਟ ਫਾਈਲ ਕੀਤਾ ਨਾਨਾਵਤੀ ਕਮਿਸ਼ਨ ਦੇ ਔਰ ਮੰਨਿਆ ਕਿ ਮੈਂ ਉੱਥੇ ਮੌਜੂਦ ਸੀ, ਪਰ ਇਸਨੇ ਕਿਹਾ ਕਿ ਮੈਂ ਤਾਂ ਉੱਥੇ ਸਿੱਖਾਂ ਨੂੰ ਬਚਾਉਣ ਗਿਆ ਸੀ, ਬਈ ਉਹ ਮੌਬ ਨੂੰ ਕੰਟਰੋਲ ਕਰਨ ਗਿਆ ਸੀ। ਉੱਥੇ ਕਰਫਿਊ ਸੀ ਉਸ ਟਾਈਮ, ਜਫਾ 144 ਲੱਗੀ ਹੋਈ ਸੀ। ਇਹ 2 ਘੰਟੇ ਉੱਥੇ ਰਿਹਾ, ਇਹਦੀ ਮੌਜੂਦਗੀ 'ਚ ਉਹਨਾਂ ਨੇ ਸਿੱਖਾਂ ਦੇ ਉੱਤੇ ਉੱਥੇ ਹਮਲਾ ਕੀਤਾ, ਉਹ 2 ਸਿੱਖ ਮਾਰੇ, ਨਾਲੇ ਉੱਥੇ ਜਿਹੜੇ ਸਿੱਖਾਂ ਨੂੰ ਅੱਧੇ ਜਲਾਇਆ ਸੀ ਉਹ ਉੱਥੇ ਪੈ ਤੜਫ ਰਹੇ ਸੀ। ਇਹਦੀ ਮੌਜੂਦਗੀ ਦੇ ਵਿੱਚ ਪੁਲਿਸ ਨੇ ਅੰਦਰ ਜੋ ਗੁਰਦੁਆਰੇ ਦੇ ਵਿੱਚ ਸਟਾਫ ਸੀ ਉਹਦੇ 'ਤੇ ਗੋਲੀਆਂ ਚਲਾਈਆਂ, ਬਾਹਰ ਮੌਬ ਨੂੰ ਟੱਚ ਤੱਕ ਨਹੀਂ ਕੀਤਾ। ਤੋ ਇਸ ਕਰਕੇ ਕਮਲਨਾਥ ਦੀ ਇਨਵੋਲਵਮੈਂਟ ਕੈਪਟਨ ਅਮਰਿੰਦਰ ਸਿੰਘ ਜਾਣ ਲੈਣ, ਉਹ ਸ਼ੁਰੂ ਤੋਂ ਆ। ਅਗਲੀ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਕਹੀ ਕਿ ਸਿੱਖ ਤਾਂ ਕਮਲਨਾਥ ਦੇ ਨਾਲ ਆ, ਇਕੱਲਾ ਫੂਲਕਾ ਹੀ ਆ ਜਿਹੜਾ ਕਮਲਨਾਥ ਦੇ ਖਿਲਾਫ ਲੱਗਿਆ ਵਾ। ਬਈ ਮੈਂ 28 ਸਾਲ ਦੀ ਉਮਰ ਸੀ ਮੇਰੀ, 1984 ਦੇ ਵਿੱਚ ਦਸੰਬਰ ਦੇ ਵਿੱਚ ਪਹਿਲਾ ਕੇਸ ਮੈਂ ਕੀਤਾ ਸੀ, ਉਦੋਂ ਤੋਂ ਮੈਂ ਅੱਜ ਤੱਕ ਲੱਗਿਆ ਵਾਂ। ਔਰ ਜੇ ਤੂੰ ਇਹ ਕਹਿ ਰਿਹਾ ਕੈਪਟਨ ਅਮਰਿੰਦਰ ਸਿੰਘ, ਜੇ ਇਹਨੇ ਆਪਣੀਆਂ ਪ੍ਰਧਾਨਗੀ ਦੇ ਵਾਸਤੇ ਕਮਲਨਾਥ ਅਤੇ ਜਗਦੀਸ਼ ਟਾਈਟਲ ਨੂੰ ਕਲੀਨ ਚਿੱਟ ਦਿੱਤੀ, ਉਹਨਾਂ ਦੋਨਾਂ ਦਾ ਸਾਥ ਲਿਆ ਇਹ 2012 ਦੇ ਇਲੈਕਸ਼ਨ ਤੋਂ ਪਹਿਲਾਂ ਵੀ ਔਰ ਹੁਣ ਇਸ ਵਾਰੀ ਫਿਰ, ਇਸ ਵਾਰੀ ਇਹ ਕਮਲਨਾਥ, ਇਹਨਾਂ ਨੇ ਅਖਬਾਰਾਂ 'ਚ ਬਿਆਨ ਦਿੱਤਾ ਕਿ ਕਮਲਨਾਥ ਨੂੰ ਮੈਂ ਲਿਆਉਣਾ ਚਾਹੁੰਦਾ ਕਿਉਂਕਿ ਐਕਸਪੀਰੀਅੰਸਡ ਲੀਡਰ ਆ, ਬਲਕਿ ਇਹਦੀ ਰਿਕੁਐਸਟ 'ਤੇ ਆਇਆ ਹੁਣ ਕਿਉਂਕਿ ਇਹਨਾਂ ਨੇ ਕਾਂਗਰਸ ਇਹਨੂੰ CM ਕੈਂਡੀਡੇਟ ਦੀ ਡਿਕਲੇਅਰ ਕਰ ਲਈ, ਹੁਣ ਕਮਲਨਾਥ ਦੀ ਅਤੇ ਟਾਈਟਲ ਦੀ ਮਦਦ ਲੈਣ ਵਾਸਤੇ ਅਮਰਿੰਦਰ ਸਿੰਘ ਲੈ ਕੇ ਆ ਰਿਹਾ। ਦੂਜੀ ਗੱਲ ਜਿਹੜਾ ਉਹ ਕਹਿ ਰਿਹਾ ਕਿ ਇਕੱਲਾ ਫੂਲਕਾ ਹੀ ਇਹਦੇ ਪਿੱਛੇ ਆ, ਵੀ ਮੈਂ ਅਮਰਿੰਦਰ ਸਿੰਘ ਨੂੰ ਇੱਕ ਗੱਲ ਕਹਿ ਦਿਆਂ, ਇਹ ਕੈਪਟਨ ਸਾਹਿਬ ਇਹ ਤੁਹਾਡੀ ਉਹ ਹੀ ਆਦਤ ਆ ਕਿ ਆਪਣੀ ਕੁਰਸੀ ਦੇ ਵਾਸਤੇ ਦਰਿੰਦਿਆਂ ਨੂੰ ਬੇਕਸੂਰ ਕਹਿਣਾ, ਫੂਲਕਾ ਇਹਨਾਂ ਨੂੰ ਸਜ਼ਾ ਦਿਵਾਉਣ ਲਈ ਨਾ ਕੁਰਸੀਆਂ ਆਪਣੀਆਂ ਛੱਡਦਾ। ਔਰ ਸਿੱਖਾਂ ਨੂੰ ਇਹ ਸਾਰੀ ਗੱਲ ਪਤਾ, ਸਾਰੇ ਦੇਸ਼ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ। ਔਰ ਇਹ ਜਿਹੜਾ ਮੁੱਦਾ ਜੇ ਮੈਂ ਕਹਾਂ ਨਾ, ਇਹ ਇਕੱਲੇ ਸਿੱਖਾਂ ਦਾ ਮੁੱਦਾ ਨਹੀਂ ਹੈ, ਹਰ ਇੱਕ ਅਮਨ ਪਸੰਦ ਨਾਗਰਿਕ ਆ ਜੀ ਦਾ ਇਹ ਮੁੱਦਾ। ਮੈਂ ਹੁਣ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਿਹਾ, ਮੇਰੀ ਕਿਤਾਬ ਵਿੱਚ ਵੀ ਲਿਖਿਆ ਵਾ, ਇਹ ਹਿੰਦੂ ਸਿੱਖ ਦੰਗੇ ਨਹੀਂ ਸੀ, ਇਹ ਕਾਂਗਰਸ ਵਰਸਸ ਸਿੱਖ ਸੀ। ਕਾਂਗਰਸ ਦਾ ਜੋ ਵੀ ਸਪੋਰਟਰ ਸੀ ਉਹਨੇ ਆ ਕੇ ਸਿੱਖਾਂ ਨੂੰ ਮਾਰਿਆ, ਉਹਦੇ ਵਿੱਚ ਮੁਸਲਮਾਨ ਵੀ ਸੀਗੇ, ਮੁਸਲਮਾਨਾਂ ਦੇ ਖਿਲਾਫ ਕੇਸ ਵੀ ਦਰਜ ਹੋਏ ਆ। ਤਰੋਕਪੁਰੀ ਦੇ ਕਈ ਮੁਸਲਮਾਨ ਸੀ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਹੋਏ ਆ, ਦੂਜੇ ਹਿੰਦੂ ਬਚਾਉਣ 'ਚ ਸੀਗੇ। ਮੇਰਾ ਆਪਣਾ ਮਕਾਨ ਮਾਲਕ ਇੱਕ ਹਿੰਦੂ ਸੀ, ਉਹਨੇ ਮੈਨੂੰ ਅਤੇ ਮੇਰੇ ਘਰਵਾਲੀ ਨੂੰ ਆਪਣੀ ਪ੍ਰਸ਼ਤੀ 'ਚ ਤਾਲਾ ਲਗਾ ਦਿੱਤਾ ਜਦੋਂ ਮੌਬ ਆ ਕੇ ਸਾਰਾ ਘਰ ਦੇ ਵਿੱਚ ਲੱਭ ਕੇ ਗਿਆ ਕਿ ਕਿੱਥੇ ਆ ਉਹ ਸਿੱਖ। ਜੇ ਉਹ ਆਪਣੀ ਪ੍ਰਸ਼ਤੀ 'ਚ ਸਾਨੂੰ ਛੁਪਾ ਕੇ ਤਾਲਾ ਨਾ ਲਗਾਉਂਦਾ ਤਾਂ ਅੱਜ ਮੈਂ ਤੁਹਾਡੇ ਅੱਗੇ ਨਾ ਬੈਠਾ ਹੁੰਦਾ। ਤੋ ਅਸੀਂ 1985 ਤੋਂ ਮਿਸ਼ਰਾ ਕਮਿਸ਼ਨ ਤੋਂ ਇਹ ਗੱਲ ਅੱਗੇ ਲਿਆ ਕੇ ਕਰ ਰਹੇ ਹਾਂ ਕਿ ਹਿੰਦੂ ਸਿੱਖ ਦੰਗੇ ਨਹੀਂ ਸੀ, ਇਹ ਕੁਝ ਪੋਲੀਟੀਕਲ ਲੀਡਰ ਆਪਣੀਆਂ ਰੋਟੀਆਂ ਸੇਕਣ ਦੇ ਵਾਸਤੇ ਜਾਣ ਕੇ ਇਸ ਸੁਸਾਇਟੀ ਨੂੰ, ਸਮਾਜ ਨੂੰ ਵੰਡਣ ਦੇ ਵਾਸਤੇ ਇਹ ਗੱਲਾਂ ਝੂਠੀਆਂ ਕਰ ਰਹੇ ਆ। ਇਹ ਕਾਂਗਰਸ ਦਾ ਜੋ ਵੀ ਸਪੋਰਟਰ ਸੀ ਉਹ ਸੀਗਾ ਵਿੱਚ ਇਹ ਸਿੱਖਾਂ ਨੂੰ ਮਾਰਨ ਦੇ ਲਈ। Thank you.